इस वेले दी मंदभागी खबर जिला जलंधर के कस्बा फिलौर तो सामने आ रही है, जिथे नवा शहर रोड से स्थित एक पेट्रोल पंप का शैड डिग गया है, जिस कारण हेठा कम करते दो वर्करां दी मौके पर ही मौत हो गई अते दो लोग गंभीर रूप दे विच जख्मी हो गए ने, जिन्हां नूं स्थानक सिविल अस्पताल दे विच दाखिल किया गया। आप दे हलका इंचार्ज प्रेम कुमार मुताबिक पेट्रोल पंप ते शैड दी रिपेयर दा कम चल रहा सी, जिस दौरान पंप ते वर्कर कम कर रहे सन, जिस समय अचानक शैड डिग गया अते थले कम कर रहे वर्कर मलबे दे हेठ दब गए। कितना भाई हादसा होया है? ਭਾਜੀ ਦੋ ਤਿੰਨ ਬੰਦੇ ਸੁਬਾਹ ਆਏ ਸੀਗੇ ਅਤੇ ਉੱਪਰ ਜੀ ਦੋ ਬੰਦੇ ਉੱਪਰ ਚੜ੍ਹੇ ਸੀਗੇ, ਕੰਨ ਤਾਉਂਦੇ ਸੀ ਅਤੇ ਦੂਜਾ ਜਿਹੜਾ ਸੀਗਾ ਦੋ ਥੱਲੇ ਸੀਗੇ। ਇੱਕ ਜਿਹੜਾ ਪੰਪ ਦਾ ਸਾਡਾ ਇੱਕ ਸਟਾਫ ਸੀਗਾ ਉਹਦਾ ਨਾਮ ਮਨੋਹਰ ਸੀ ਜੀ, ਉਹ ਜੀ ਤੇਲ ਪਾਉਂਦੇ ਸੀਗਾ, ਉਹਨਾਂ ਨੂੰ ਵੀ ਉੱਧਰ ਸੱਦਿਆ ਅਤੇ ਉਹ ਵੀ ਗਿਆ ਉੱਧਰ ਅਤੇ ਕੰਨ ਦੇ ਨਾਲ ਫਸ ਗਈ। ਦੋ ਉੱਪਰੋਂ ਸੀਗਾ ਉਹਦਾ ਬਚਾਅ ਹੋ ਗਿਆ ਅਤੇ ਇੱਕ ਇੱਥੇ ਮੁੱਕ ਗਿਆ ਇੱਕ ਹੋਸਪਿਟਲ। ਜਿਹੜਾ ਮੁੱਕਿਆ ਕਿਹੜੇ ਕਿਹੜੇ ਪਿੰਡ ਦੇ ਬੰਦੇ ਦਾ? ਇੱਕ ਹਿਮਾਚਲ ਦਾ ਸੀਗਾ ਜੀ, ਇੱਕ ਆਪਣੇ ਲਿਸ਼ਾੜੇ ਦਾ। ਜ਼ਖਮੀ ਕਿੰਨੇ ਬੰਦੇ ਹੋਏ? ਜ਼ਖਮੀ ਜੀ ਸਾਰੇ ਹੋਏ ਚਾਰ। ਚਾਰ ਬੰਦੇ ਜ਼ਖਮੀ ਹੈ ਜੀ। ਕੀ ਕਰ ਰਹੇ ਸੀ? ਢਾ ਰਹੇ ਸੀ ਇਹਨੂੰ? ਹਾਂਜੀ। ਪੁਲਿਸ ਮੌਕੇ 'ਤੇ ਪਹੁੰਚੀ ਪੁੱਛਣ? ਹਾਂਜੀ ਹਾਂਜੀ। ਘਟਨਾ ਵਾਪਰੀ ਸਰ? ਸਰ ਅਚਾਨਕ ਬਿਲਡਿੰਗ ਸਾਡੀ ਡਿੱਗ ਗਈ, ਉਹਦੇ ਥੱਲੇ ਬੰਦਾ ਕੰਮ ਕਰਦਾ ਸੀ, ਸਾਈਡ 'ਤੇ ਉਹ ਖੜ੍ਹਾ ਸੀ, ਜਿੱਦਾਂ ਬਿਲਡਿੰਗ ਡਿੱਗੀ ਉਹਦੀਆਂ ਲੱਤਾਂ ਅਤੇ ਬਾਹੀਂ, ਅਤੇ ਇੱਕ ਬੰਦਾ ਥੱਲੇ ਆ ਗਿਆ ਉਹਦੇ ਕੋਲੇ ਦੇ, ਇੱਕ ਬੰਦਾ ਦੋਈ ਨਹੀਂ ਉਹ ਟੁੱਟ ਗਏ ਆ, ਹੱਥ ਪੈਰ ਟੁੱਟ ਗਏ ਆ। ਸਾਨੂੰ ਇਤਨਾ ਦੁੱਖ ਹੈ ਕਿ ਉਹ ਅਚਾਨਕ ਜੋ ਹੋਇਆ ਤਾਂ ਉਹ ਹੋਇਆ, ਪਰ ਹਾਦਸਾ ਹੋ ਗਿਆ ਹੈ। ਇਸ ਕਰਨੇ ਸਰ ਬੇਨਤੀ ਹੈ ਜੀ ਮੇਰੀ ਕਿ ਜੇ ਅਗਰ ਇਸ ਬੰਦੇ ਦੀ ਸਪੋਰਟ ਕਰ ਸਕਦੇ ਹੈ ਤਾਂ ਹੱਥ ਬੰਨ ਕੇ ਸਪੋਰਟ ਕਰ ਦਿਓ। ਕਿਸ ਬੰਦੇ ਦੀ? ਮਨੋਹਰ ਸਿੰਘ ਜਾਂ ਦੂਜਾ ਵੀ ਆ ਮੁੰਡਾ ਜਿਹੜੇ ਜ਼ਖਮੀ ਹੋਏ ਆ? ਹਾਂ, ਜਿਹੜੇ ਜ਼ਖਮੀ, ਇੱਕ ਹੋਰ ਐਕਸਪਾਇਰ ਹੋ ਗਿਆ, ਉਹਨਾਂ ਦੀ ਸਪੋਰਟ ਕਰ, ਉਹਨੇ ਪਰਿਵਾਰ ਦੀ ਜੋ ਹੈਲਪ ਕਰਨੀ ਚਾਹੀਦੀ, ਪਰਿਵਾਰ ਦੀ ਹੈਲਪ ਕਰ ਦਿਓ। ਕੀ ਕੀ ਨਾਮ ਹੈ ਜਿਹੜੇ ਜਿਹੜੇ ਜ਼ਖਮੀ ਹੋਏ ਅਤੇ ਮਰੇ ਆ? ਉਹੀ ਹੈ, ਇੱਕ ਸਤੀਸ਼ ਕੁਮਾਰ ਹੈ, ਇੱਕ ਉੱਦਾਂ ਕੱਲੂ ਕਹਿੰਦੇ ਆ ਉਹਨੂੰ, ਨਾਂ ਪੂਰਾ ਮੈਨੂੰ ਪਤਾ ਨਹੀਂ ਹੈ ਕੱਲੂ ਦਾ। ਇਹ ਦੋ ਐਕਸਪਾਇਰ ਹੋ ਗਏ ਮੁੰਡੇ। ਠੀਕ ਹੈ, ਸਾਰੇ ਅਸੀਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਜਿਹੜੇ ਵਿਚਰੇ ਆ ਉਹਨਾਂ ਨੂੰ ਐਡਮਿਟ ਕਰਵਾ ਕੇ ਆਏ, ਜਿਹੜੇ ਬੰਦੇ ਜਾ ਕੇ ਗਏ, ਦੂਸਰੀਆਂ ਦੋ ਬੋਡੀ ਜਿਹੜੀ ਆਈਆਂ ਉਹਨਾਂ ਨੂੰ ਫੜਵਾ ਲਿਆ ਗਿਆ, ਮੋਰਚੀ ਦੀ ਸ਼ਬਦ ਕਰਵਾ ਕੇ ਆਏ ਆ। ਇਹ ਜਿਹੜੀ ਘਟਨਾ ਹੈਗੀ ਆ ਬਹੁਤ ਜ਼ਰੂਰੀ ਮਨਭਾਗੀ, ਔਰ ਉਹਨਾਂ ਪਰਿਵਾਰਾਂ ਲਈ ਜਿਹੜਾ ਹੈਗਾ ਅਸੀਂ ਦਿਨੋਂ ਜਿਹੜਾ ਹੈਗਾ ਉਹਦੇ 'ਤੇ ਹਮਦਰਦੀ ਵਰਤਾਉਂਦੇ ਹਾਂ। ਇੱਥੇ ਕਿਸੇ ਦਾ ਜ਼ੋਰ ਨਹੀਂ ਹੈਗਾ, ਇਹਦਾ ਜਿਹੜਾ ਹੈਗਾ ਪੁਆਣਾ ਹੀ ਬਣਾਉਣਾ ਚਾਹੁੰਦਾ ਹਾਂ। ਬਾਕੀ ਜਿਹੜਾ ਤਰੀਕੀ ਨਾਲ ਜਾਂਚ ਹੋਏਗੀ, ਮੈਂ ਹੋਵੇਗੀ ਕਿ ਹੈਗਾ ਕਿ ਉਹਦੇ ਵਿੱਚ ਦਾ ਕੰਮ ਆਪਣੇ ਸਮੇਂ ਦੇ ਵਿੱਚ ਖਰਚਾ ਜਾਏਗਾ। ਧੰਨਵਾਦ। ਉੱਧਰ ਇਸ ਮਾਮਲੇ ਬਾਬਤ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਸੁਣ ਲਓ। ਮੈਂ ਜੇ ਚੌਂਕੀ ਰਾਜਾ ਸੀ ਅਤੇ ਮੈਨੂੰ ਇਤਲਾਹ ਮਿਲੀ ਵੀ ਇੱਥੇ ਇੰਡੀਅਨ ਆਇਲ ਪੰਪ ਜਦੋਂ ਸਾੜੇ ਆ, ਉੱਥੇ ਜਿਹੜੇ ਬੰਦੇ ਆ ਜਿਹੜੇ ਠੇਕੇ 'ਤੇ ਕੰਮ ਕਰਦੇ ਸੀ, ਅਤੇ ਨਾਲੇ ਇੱਥੇ ਜਿਹੜਾ ਇੰਡੀਅਨ ਆਇਲ 'ਤੇ ਜਿਹੜਾ ਉੱਥੇ ਵਰਕਰ ਸੀ ਉਹ ਮਤਲਬ ਸ਼ਰਟ ਢਾਉਂਦੇ ਪਏ ਸੀ, ਉੱਥੇ ਦੇ ਬੰਦੇ ਮਤਲਬ ਆ ਗਏ ਫਿਸ ਗਏ। ਜਿਸ ਟਾਈਮ ਮੌਕੇ 'ਤੇ ਪੁੱਜਿਆ ਤਾਂ ਮੌਕੇ 'ਤੇ ਜਾ ਕੇ ਦੇਖਿਆ ਜਿਹੜੇ ਦੋ ਬੰਦੇ ਫਿਸੇ ਹੋਏ ਸੀ, ਉਹਨਾਂ ਨੂੰ ਕੱਢਿਆ ਬੋਡੀ ਡੈੱਡ ਬੋਡੀ ਨੂੰ ਕੱਢ ਕੇ ਉਹਨੂੰ ਅਸੀਂ ਫਲੋਰ ਸਿਵਲ ਹਸਪਤਾਲ ਵਿਖੇ ਜਮ੍ਹਾਂ ਕਰਾ ਦਿੱਤਾ। ਉਸ ਤੋਂ ਦੋ ਬੰਦੇ ਜਿਹੜੇ ਸੀਰੀਅਸ ਹੈਗੇ ਆ ਉਹ ਹੈਗੇ ਰਾਜ ਹਸਪਤਾਲ ਨੌਜਵਾਨ ਹੈਗੇ ਆ, ਉਹਨਾਂ ਦੀ ਅਸੀਂ ਇਤਲਾਹ ਪਤਾ ਕਰਨ ਜਾ ਰਹੇ ਹਾਂ ਕਿ ਇਹਨਾਂ ਕੀ ਸਿਚੁਏਸ਼ਨ ਹੈ, ਕੀ ਹਾਲਾਤ ਉਹਨਾਂ ਦੇ। ਬਾਕੀ ਜੋ ਮੌਕੇ 'ਤੇ ਕਾਰਵਾਈ ਬਣਦੀ ਹੋਈ ਉਹ ਕਰਦਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤਾਂ ਦਾ ਇਲਾਜ ਚੱਲ ਰਿਹਾ ਅਤੇ ਪਰਿਵਾਰ ਮੁਤਾਬਿਕ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।